असी कुछ नहीं कर सके हुण तक, असी हुण तक कुछ भी। लेकिन यह मुजफ्फर साहब ने दसिया है फलस्तीनियों हुण तुसा की करना है, तो यह उन्हां वास्ते बातिल से दब रही है उम्मत रसूल की, बातिल से दब रही है उम्मत रसूल की, मंजर जरा हुसैन से फिर कर बला के ला, मंजर जरा हुसैन से फिर कर बला के ला, जा जिंदगी मदीने से झोंके हवा के ला, शायद हजूर हम से खफा है मना के ला, जा जिंदगी मदीने से झोंके हवा के ला, जा जिंदगी मदीने से झोंके हवा के ला, जा जिंदगी मदीने से झोंके हवा के ला, शायद हजूर हम से खफा हैं मना के ला, शायद हजूर हम से खफा हैं। इंज नहीं सारे पढ़ो, शायद हजूर हम से खफा हैं मना के, कुछ हम भी अपना चेहरा बातन सवार लें, कुछ हम भी अपना चेहरा बातन सवार ले, अबू बकर से कुछ आईने इश्को वफा के ला, अबू बकर से कुछ आईने इश्को वफा के ला, जा जिंदगी मदीने से झोंके हवा के ला, शायद हजूर हम से खफा है मना के ला, दुनिया बहुत ही तंग मुसलमान पे हो गई, हाल तुसा वेख्या फलस्तीन आलियां दा मजलूम मुसलमान जुलम दी चक्की च पिस देने पे, लेकिन शायर ने दर्दे दिल रखे है। अगला जुमला सुनोगे तड़प जाओगे, जुल्म कदों नहीं सी हुंदा,
ਉਹ ਵੀ ਸ਼ਾਇਰ ਦੱਸਦਾ ਹੈ ਅਗਰ ਹੁਣ ਵੀ ਜ਼ੁਲਮ ਤੋਂ ਬਚਣਾ ਹੈ ਤੇ ਸਾਨੂੰ ਉਹ ਚੀਜ਼ ਲੱਭਣੀ ਪੈਣੀ ਹੈ ਉਹ ਚੀਜ਼ ਹੈ ਕੀ ਦੁਨੀਆ ਬਹੁਤ ਹੀ ਤੰਗ ਮੁਸਲਮਾਂ ਤੇ ਹੋ ਗਈ ਫਾਰੂਕ ਕੇ ਜ਼ਮਾਨੇ ਕਾ ਨਕਸ਼ਾ ਉਠਾ ਕੇ ਲਾ ਅੱਜ ਤਕਰੀਰ ਥੋੜੀ ਗੋਲ ਮੋਲ ਹੈ ਲੇਕਿਨ ਇਹਨੂੰ ਸਮਝਣਾ ਤੁਹਾਡਾ ਕੰਮ ਹੈ ਜਦੋਂ ਹੁਕਮਰਾਨ ਹਜ਼ਰਤ ਉਮਰ ਪਾਕ ਆਏ ਉਦੋਂ ਇੰਜ ਕਿਸੇ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਉਦੋਂ ਉਮਰ ਪਾਕ ਦੀ ਜੁਰਤ ਬੋਲਦੀ ਹੈ ਤੇ ਹੁਣ ਮੁਸਲਮਾਨ ਜ਼ੁਲਮ ਦੀ ਚੱਕੀ 'ਚ ਪਿਸਦੇ ਨੇ ਮਸਜਿਦ ਅਕਸਾ ਤੇ ਕਬਜ਼ਾ ਹੈ ਤੇ ਮਸਜਿਦ ਅਕਸਾ ਇਹ ਨਬੀਆਂ ਦਾ ਕਿਬਲਾ ਹੈ ਤੇ ਹਰ ਮਸਜਿਦ ਦੇ ਵਿੱਚ ਬਰਕਤ ਹੈ ਮਸਜਿਦ ਅਕਸਾ ਉਹ ਮਸਜਿਦ ਹੈ ਜਿਹਦੇ ਬਾਹਰ ਵੀ ਬਰਕਤ ਹੈ ਕੋਲੋਂ ਨਹੀਂ ਕੁਰਾਨ ਅੰਦਰ ਬਾਹਰ ਰੱਖਣਾ ਹੌਲਾ ਹੋ ਇਹਦੇ ਇਰਦ ਗਿਰਦ ਵੀ ਬਰਕਤਾਂ ਕਿਉਂਕਿ ਇਰਦ ਗਿਰਦ ਨਬੀਆਂ ਦੇ ਮਜ਼ਾਰ ਨੇ ਉਹ ਤੇ ਸਿੱਧੀ ਫਾਇਰਿੰਗ ਕੀਤੀ ਜਾ ਰਹੀ ਲੇਕਿਨ ਸਾਡੇ ਹੁਕਮਰਾਨ ਆ ਬੈਠੇ ਨੇ ਜਨਾਬ ਜੇ ਕੋਈ ਬੂਟ ਸ਼ੂਟ ਪਾਲਿਸ਼ ਕਰਨੇ ਹੋਣ ਤੇ ਦੇ ਆਓ ਜਿੰਨਾ ਉਹ ਇਸਰਾਈਲੀਆਂ ਦੇ ਬੂਟ ਪਾਲਿਸ਼ ਕੀਤੇ ਉਹਨੂੰ ਬੋਲ ਨਹੀਂ ਸਕਦੇ ਉਹ ਬੋਲ ਨਹੀਂ ਸਕਦੇ ਅੱਜ ਵੀ ਜੇ ਕੋਈ ਬੋਲਦਾ ਤੇ ਮੁਹੰਮਦ ਅਰਬੀ ਦਾ ਗੁਲਾਮ ਹੀ ਬੋਲਦਾ ਹੈ ਅਗਲਾ ਸ਼ੇਰ ਸੁਣੋ ਮਰਹੂਮ ਕਰ ਦਿਆ ਹਮੇਂ ਜਿਸ ਸੇ ਨਿਗਾਹ ਨੇ ਮਰਹੂਮ ਕਰ ਦਿਆ ਹਮੇਂ ਜਿਸ ਸੇ ਨਿਗਾਹ ਨੇ ਉਸਮਾਨ ਸੇ ਵੋ ਜ਼ਾਵੀਏ ਸ਼ਰਮੋ ਹਯਾ ਕੇ ਲਾ ਮੈਂ ਰਾਤੀ ਪੜਿਆ ਤੇ ਮੈਂ ਆਪੇ ਜੂੰਦਾ ਰਿਹਾ ਕਿਆ ਕਮਾਲ ਦੀ ਅਕਾਸੀ ਕੀਤੀ ਹੈ ਸ਼ਾਇਦ ਸਾਨੂੰ ਚੌਕਾਂ 'ਚ ਖਲੋਣ ਤੇ ਯਾਦ ਹੈ ਮੁਸਲਮਾਨਾਂ ਦੀਆਂ ਧੀਆਂ ਪੈਣਾ ਤੇ ਤੱਕਣੀਆਂ ਯਾਦ ਨੇ ਤੇ ਸ਼ਾਇਰ ਦੱਸਣਾ ਚਾਹੁੰਦਾ ਜੇ ਹਯਾ ਲੈਣੀ ਉਹਨਾਂ ਤੇ ਹਯਾ ਵੀ ਉਹ ਜਿਹੜੀ ਇਸਲਾਮ ਤੇ ਆਵੇ ਉਹ ਫਿਰ ਨਬੀ ਪਾਕ ਦੇ ਯਾਰ ਉਸਮਾਨ ਤੋਂ ਲੱਭਦੀ ਹੈ ਸਾਰੀ ਹਯਾਤੀ ਹਜ਼ਰਤ ਉਸਮਾਨ ਪਾਕ ਨੇ ਆਪਣਾ ਜਿਸਮ ਵੀ ਨਹੀਂ ਤੱਕਿਆ ਇਤਨਾ ਸ਼ਰਮੋ ਹਯਾ ਦਾ ਪੈ ਕਰੇ ਨਬੀ ਦਾ ਯਾਰ ਉਸਮਾਨ ਹੁਣ ਅਗਲੀ ਗੱਲ ਸੁਣੋ ਕਈ ਇਲਮ ਪੜ੍ਹ ਕੇ ਇਲਮੋ ਖਾਲੀ ਤੇ ਕਈ ਪੜ੍ਹ ਕੇ ਆਰਮੀ ਚੀਫ ਬਣ ਕੇ ਸਮਝ ਆ ਰਹੀ ਕੋਈ ਨਾ ਬੜੀਆਂ ਉਮੀਦਾਂ ਲਾਈਆਂ ਸੀ ਜੀ ਆਰਮੀ ਚੀਫ ਹਾਫਜ਼ੇ ਕੁਰਾਨ ਆਇਆ ਸਾਰੀਆਂ ਉਮੀਦਾਂ ਲੈ ਗਈਆਂ ਕੋਈ ਉਮੀਦ ਨਹੀਂ ਵੀ ਤੇਰੇ ਤੋਂ ਸਾਨੂੰ ਤੂੰ ਵੀ ਬੂਟ ਪਾਲਿਸ਼ ਕਰਨ ਵਾਲਾ ਹੀ ਉਹ ਜਾਣਾ ਨਹੀਂ ਇਸ ਫਲਸਤੀਨ ਸਿਰਫ ਪਾਕਿਸਤਾਨੀ ਆਰਮੀ ਚੀਫ ਜਾਂ ਪਾਕਿਸਤਾਨੀ ਹੁਕਮਰਾਨ ਇੱਥੇ ਬਹਿ ਕੇ ਕਹਿ ਦੇਣਾ ਤੁਹਾਡੀ ਐਸੀ ਦੀ ਤੈਸੀ ਤੇ ਸ਼ਾਮ ਤੱਕ ਪਤੇ ਨਾ ਹੋ ਜਾਂਦੇ ਗੱਲ ਕਰਦੇ ਆ ਲੇਕਿਨ ਗੱਲ ਕਰੇ ਕੌਣ ਜਿਹਨਾਂ ਜੁੱਤੀਆਂ ਪਾਲਿਸ਼ ਕੀਤੀਆਂ ਉਹ ਗੱਲਾਂ ਨਹੀਂ ਕਰਦੇ ਅਗਲੀ ਗੱਲ ਸੁਣੋ ਜੇ ਇਲਮ ਲੈਣਾ ਤੇ ਫਿਰ ਕਿੱਥੇ ਜਾਣਾ ਪੈਣਾ ਮਗਰਿਬ ਨੇ ਮਾਰਾ ਮਾਰਾ ਨਾ ਫਿਰ ਐ ਗਦਾਏ ਇਲਮ ਮਗਰਿਬ ਨੇ ਮਾਰਾ ਮਾਰਾ ਨਾ ਫਿਰ ਐ ਗਦਾਏ ਇਲਮ ਦਰਵਾਜ਼ਾ ਏ ਅਲੀ ਸੇ ਯੇ ਖੈਰਾਤ ਜਾ ਕੇ ਲਾ ਦਰਵਾਜ਼ਾ ਏ
अली से ये खैरात जाके। हुण जिहदे वास्ते मैं कलाम पढ़िया वो शेर आ गया, असी कुछ नहीं कर सके हुण तक, असी हुण तक कुछ भी, लेकिन ये मुजफ्फर साहब ने दसिया है फलस्तीनी हुण तुसा की करना है, ये उन्हां वास्ते बातिल से दब रही है उम्मत रसूल की, बातिल से दब रही है उम्मत रसूल की, मंजर जरा हुसैन से फिर कर बला के ला, मंजर जरा हुसैन से फिर कर बला के ला, जा जिंदगी मदीने से झोंके हवा के ला, शायद हजूर हम से खफा है मना।